ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਫਤਿਹ ਅਰਜ਼ ਕਰ ਰਹੀ ਹੈ। ਔਰ ਅੱਜ ਤੁਹਾਨੂੰ ਬਧਾਈ ਦੇਣੀ ਹੈ ਕਿ ਪਹਿਲੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਅੱਜ ਪ੍ਰਕਾਸ਼ ਦਿਵਸ ਹੈ। ਤੇ ਗੁਰੂ ਨਾਨਕ ਸਾਹਿਬ ਇੱਕ ਇਹੋ ਜੇ ਸਾਡੇ ਗੁਰੂ ਪੰਮਰ ਹੋਏ ਐ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਆਪਣੀ ਗੱਦੀ ਛੱਡਤੀ ਤੇ ਭਾਈ ਲੈਣਾ ਜਿਨ੍ਹਾਂ ਨੂੰ ਆਪਾ ਗੁਰੂ ਅੰਗਦ ਸਾਹਿਬ ਕਰਕੇ ਸਤਦੇ ਐ ਉਹਨਾਂ ਨੂੰ ਗੱਦੀ ਤੇ ਪਹਟਾਤਾ ਕਿਸੇ ਆਪਣੇ ਬੱਚੇ ਨੂੰ ਨਹੀਂ ਦਿੱਤੀ ਗੱਦੀ ਕਿਸੇ ਰਿਸ਼ਤੇਦਾਰ ਨੂੰ ਨਹੀਂ ਦਿੱਤੀ ਤੇ ਸਭ ਤੋਂ ਵੱਡੀ ਗੱਲ ਜਿਹੜਾ ਅੱਜ ਜ਼ਿਮੀਂਦਾਰਾਂ ਦਾ ਕਿਸਾਨਾਂ ਦਾ ਕਿਸਾਨ ਮਜ਼ਦੂਰਾਂ ਦਾ ਮੋਰਚਾ ਲੱਗਿਆ ਹੈ ਗੁਰੂ ਨਾਨਕ ਸਾਹਿਬ ਨੇ ਆਪਣੀ ਗੱਦੀ ਛੱਡ ਕੇ ਬਾਕੀ ਦਾ ਜੀਵਨ ਉਹਨਾਂ ਨੇ ਕਰਤਾਰਪੁਰ ਸਾਹਿਬ ਜਾ ਕੇ ਬਤੀਤ ਕੀਤਾ ਉੱਥੇ ਖੇਤੀ ਕੀਤੀ ਤੇ ਮਹਾਰਾਜ ਨੇ ਕਿਹਾ ਕਿ ਖੇਤੀ ਸਭ ਤੋਂ ਉੱਤਮ ਹੈ ਕੀ ਹੈ ਹੁਣ ਜੇ ਸਾਡੇ ਗੁਰੂ ਸਾਹਿਬਾਨ ਨੇ ਖੇਤੀ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਹਿੰਦੂਤਵਾ ਸੈਂਟਰ ਦੀ ਸਰਕਾਰ ਬੀਜੇਪੀ ਆਰਐਸਐਸ ਨੇ ਇਹੋ ਜਿਹੇ ਜ਼ਾਲਮਾਨਾ ਕਾਨੂੰਨ ਬਣਾਏ ਹੈ ਜੀ ਜੇ ਨਾਲ ਸਾਡੇ ਕਿਸਾਨ ਤੇ ਕਿਸਾਨ ਮਜ਼ਦੂਰ ਤੇ ਆੜਤੀਏ ਬਿਲਕੁਲ ਮਾਰੇ ਜਾਣਗੇ ਇਹਨਾਂ ਕਾਨੂੰਨਾਂ ਦੇ ਨਾਲ ਸਾਡੇ ਕਿਸਾਨਾਂ ਨੂੰ ਜਿਹੜੀ ਰਕਮ ਐਮ ਐਸ ਪੀ ਦੀ ਮਿਲਦੀ ਹੈ ਉਹ ਨਹੀਂ ਮਿਲੂਗੀ ਮਿਸਟਰ ਮੋਦੀ ਜਿਹੜੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਹੈ ਉਹ ਕਹਿ ਰਹੇ ਹੈ ਤੇ ਖੇਤੀਬਾੜੀ ਦੇ ਵੀ ਵਜ਼ੀਰ ਉਮਾਰ ਸਾਹਿਬ ਕਹਿ ਰਹੇ ਐ ਕਿ ਐਮ ਐਸ ਪੀ ਮਿਲੂਗਾ ਜੇ ਐਮ ਐਸ ਪੀ ਮਿਲੂਗਾ ਫਿਰ ਇਹ ਕਾਨੂੰਨਾ ਦੇ ਅੰਦਰ ਦਰਜ ਕਿਉਂ ਨਹੀਂ ਕੀਤਾ ਹੈਗਾ ਕਿ ਐਮ ਐਸ ਪੀ ਮਿਲੂਗਾ ਇਹ ਜਾਣ ਬੁੱਝ ਕੇ ਜਿਹੜੇ ਪੰਜਾਬ ਦੇ ਕਿਸਾਨ ਨੇ ਅਸੀਂ ਸਿੱਖਾਂ ਇਹਨਾਂ ਦੇ ਇੱਕ ਬਰ ਖਿਲਾਫ ਇਕ ਕਾਨੂੰਨ ਪੈਦਾ ਕੀਤਾ ਹੈ ਔਰ پاس ਕੀਤਾ ਹੈ ਤੁਹਾਨੂੰ ਸ਼ਾਇਦ ਪਤਾ ਨਹੀਂ 2013 ਦੇ ਵਿੱਚ ਮੋਦੀ ਸਾਹਿਬ ਗੁਜਰਾਤ ਦੇ ਚੀਫ ਮਨਿਸਟਰ ਸਨ 2013 ਦੇ ਵਿੱਚ ਮੋਦੀ ਸਾਹਿਬ ਨੇ 60000 ਜ਼ਮੀਨਾਂ ਸਾਡੇ ਸਿੱਖ ਜ਼ਿਮੀਦਾਰਾਂ ਦੀਆਂ ਖੋ ਕੇ ਸਰਕਾਰ ਦਾ ਕਾਨੂੰਨ ਲਾ ਕੇ ਉਹਨਾਂ ਨੂੰ ਬੇਘਰੇ ਬਣਾਤਾ ਉਹਨਾਂ ਨੂੰ ਗੈਰ ਜ਼ਮੀਨੇ ਬਣਾਤਾ ਤੇ ਤੁਸੀਂ ਸਾਰੇ ਕਹੋਗੇ ਕਿ ਕਾਂਗਰਸ ਬਹੁਤ ਅੱਛੀ ਹੈ ਇਹ ਦੋਨੋਂ ਪਾਰਟੀਆਂ ਆਪਣੀ ਪ੍ਰੇਰਣਾ ਤੇ ਸੋਚ 나ਗਪੁਰ ਤੋਂ ਲਿਆਉਂਦੀ ਹੈ ਲਿਆਉਣੀ ਹੈ ਜੇ ਦੋ ਹਗਰ 13 ਦੇ ਵਿੱਚ 60000 ਜ਼ਿਮੀਦਾਰਾਂ ਤੋਂ ਜ਼ਮੀਨਾਂ ਖੋਲੀਆਂ ਗੁਜਰਾਤ ਦੇ ਵਿੱਚ ਤੇ ਉੱਤੇ ਪ੍ਰਾਈਮ ਮਿਨਿਸਟਰ ਉਸ ਵੇਲੇ ਕੌਣ ਸੀ ਸਰਦਾਰ ਮਨਮੋਨ ਸਿੰਘ ਸੀਗੇ ਉਹ ਸਿੱਖ ਵੀ ਹੈਗੇ ਆ ਪ੍ਰਾਈਮ ਮਿਨਿਸਟਰ ਵੀ ਹੈਗੇ ਆ ਉਹ ਜਿਹੜਾ ਕਾਨੂੰਨ ਮੋਦੀ ਸਾਹਿਬ ਨੇ ਬਣਾਇਆ ਉਸ ਨੂੰ ਰੱਦ ਕਰਾ ਸਕਦੇ ਸੀ ਪਰ ਹਿੰਦੂ 봐 दट ਜੋਰ ਅੱਜ ਇੰਡੀਆ ਦੇ ਉੱਤੇ ਇੰਨਾ ਜੋਰ ਪੈ ਗਿਆ ਹੈ ਕਿ ਬੇਸ਼ੱਕ ਪ੍ਰਾਈਮ ਮਿਨਿਸਟਰ ਤੁਸੀਂ ਬਣਾ ਲਓ ਸਿੱਖ ਬੇਸ਼ੱਕ ਤੁਸੀਂ ਚੀਫ ਮਿਨਿਸਟਰ ਬਣਾ ਦਿਓ ਇਹ ਕੁਸ਼ ਕਰ ਨਹੀਂ ਸਕਤੇ ਹੈਗੇ 2013 ਦੇ ਵਿੱਚ ਸਾਡੇ ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਤੇ ਉਹਨਾਂ ਦੇ ਸਤਕਾਰਯੋਗ ਪੁੱਤਰ ਸਰਦਾਰ ਸੁਖਬੀਰ ਸਿੰਘ ਹੋਮ ਮਨਿਸਟਰ ਸੀਗੇ ਪੰਜਾਬ ਦੇ ਤੇ ਉਹਨਾਂ ਦੇ ਘਰ ਵਾਲੇ ਬੀਬੀ ਹਰਸਿਮਰਤ कौर ਦਿੱਲੀ ਦੇ ਵਿੱਚ ਮੋਤੀ ਦੇ ਨਾਲ ਕੈਬਨਿਟ ਦੇ ਵਜ਼ੀਰ ਵੀ ਸੀਗੇ ਪਰ ਤੁਸੀਂ ਦੇਖੋ ਕਿਸੇ ਬਾਦਲ ਨੇ ਕਿਸੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਵੀ ਆਵਾਜ਼ ਨਹੀਂ ਚੱਕੀ ਹੈਗੀ ਇਹ ਸਾਨੂੰ ਹੁਣ ਘਸਾਰੇ ਬਣਾਉਣਾ ਚਾਹੁੰਦੇ ਆ ਹੁਣ ਇਹ ਕਹਿੰਦੇ ਆ ਕਿ ਜਿਹੜੇ ਦੁਨੀਆ ਦੇ ਵਿੱਚ ਮੰਡੀ ਦੇ ਕਾਨੂੰਨ ਨੇ ਉਹ ਅਸੀਂ ਲਾਗੂ ਕੀਤੇ ਆ ਕਿ ਕਿਸਾਨ ਆਪਣੀ ਫਸਲ ਨੂੰ ਜਿੱਥੇ ਮਰਜ਼ੀ ਵੇਚੇ ਖਾਊ ਕਰ ਨੂੰ ਖਰੀਦਣ ਉਨੂੰ ਚੰਗੇ ਤਕੜੇ ਪੈਸੇ ਮਿਲਣ ਪਰ ਜੇ ਤੁਸੀਂ ਮੰਡੀ ਦਾ ਕਾਨੂੰਨ ਦੁਨੀਆ ਦਾ ਲਾਤਾ ਹੈ ਪਰ ਤੁਸੀਂ ਦੂਜੇ ਪਾਸੇ ਦੇਖੋ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵੀ ਹੈਗੀ ਹੈ ਜਿਹਦੇ ਤੇ ਇੰਡੀਆ ਦੇ ਦਸਕਤ ਹੋਏ ਹੈ ਉਹ ਕਹਿੰਦੀ ਹੈ ਕਿ ਸਾਰੇ ਮੁਲਕਾਂ ਦਾ ਵਪਾਰ ਹੋਣਾ ਚਾਹੀਦਾ ਜੇ ਤੁਸੀਂ ਸਾਡਾ ਰਸਤਾ ਦਿੱਲੀ ਨੂੰ ਬੰਦ ਕਰਤਾ ਫੇਰ ਕਾਨੂੰਨੀ ਤੌਰ ਤੇ ਮੋਦੀ ਸਾਹਿਬ ਤੋਂ ਨੂੰ ਸਾਡੇ ਬਾਰਡਰ ਸੁਲੇਮਾਨ ਕੀ ਹਸੈਣੀ ਵਾਲਾ ਵਾਗਾ ਤੇ ਕਰਤਾਰਪੁਰ ਸਾਹਿਬ ਖੋਲਨੇ ਪੈਣਗੇ ਜੀ ਦੇ ਨਾਲ ਸਾਡਾ ਵਪਾਰ ਸਾਡੀ ਜਨਸ ਦੂਜੇ ਇਸਲਾਮਿਕ ਮੁਲਕਾਂ ਦੇ ਵਿੱਚ ਜਾਵੇ ਪਾਕਿਸਤਾਨ ਤੋਂ ਹੁੰਦੇ ਆਂ ਈਰਾਨ ਜਾਵੇ ਅੱਜ ਸਾਡੀ ਜਿਹੜੀ ਮੁੰਜੀ ਹੈ ਜਿਹੜੀ ਸਾਡੀ ਵਧੀਆ ਤੋਂ ਵਧੀਆ ਮੁੰਜੀ ਹੈ ਉਹ ਸਿਰਫ 1800 ਰੁਪਿਆ ਕਿੱਲਾ ਵਿਕ ਰਹੀ ਹੈ ਪਰ ਇਹੀ ਬਾਸਮਤੀ ਜੇ ਅਸੀਂ ਇਹਨੂੰ ਈਰਾਨ ਦੇ ਵਿੱਚ ਲੈ ਜਾਈਏ ਉੱਥੇ ਇਹਦਾ ਮੁੱਲ ਹੈ 5000 ਰੁਪਿਆ ਕਵਿੰਟਲ ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਹੈ ਤੇ ਪਾਕਿਸਤਾਨ ਕਿੱਥੋਂ ਕਣ ਖਰੀਦ ਰਿਹਾ ਹੈ ਰੂਸ ਤੋਂ ਕੀ ਡਰੀ ਹੈ ਕੀ ਲੋੜ ਹੈ ਪਾਕਿਸਤਾਨ ਨੂੰ ਰੂਸ ਜਾਣ ਦੀ ਨਹੀਂ ਮੰਗਾਈ ਇੱਥੋਂ ਪੰਜਾਬ ਦੇ ਰਸਤੇ ਖੁੱਲੇ ਹੋਣ ਸਿੱਧੀਆਂ ਸਾਡੀਆਂ ਕਣਕਾਂ ਹੋਣ ਉੱਥੇ ਫਸਲਾਂ ਜਾਣ ਸਾਡੀਆਂ ਸਬਜ਼ੀਆਂ ਜਾਣ ਬਾਦਲ ਸਾਹਿਬ ਕਹਿੰਦੇ ਸੀਗੇ ਕਿ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਹੁਣ ਕਿੰਨੀ ਪੰਜ ਵਾਰੀ ਸਾਡੇ ਚੀਫ ਮਿਨਿਸਟਰ ਬਣ ਚੁੱਕੇ ਐ ਤੇ ਕੈਲੀਫੋਰਨੀਆ ਤੱਕੀ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਸਾਡੇ ਕਿਸਾਨ ਜ਼ਿਮੀਦਾਰ ਦਿੱਲੀ ਪਹੁੰਚੇ ਹੋਏ ਐ ਤੇ ਉੱਥੇ ਮੁਜਾਹਦਾ ਕਰ ਰਹੇ ਐ ਕਿ ਇਹ ਕਾਨੂੰਨ ਜਿਹੜੇ ਜ਼ਬਰਦਸਤ ਤੁਸੀਂ ਲਾਏ ਐ ਇਹਨਾਂ ਨੂੰ ਤੋੜੋ ਤੇ ਫੇਰ ਤੁਸੀਂ ਸਾਡੇ ਬਾਰਡਰ ਖੋਲੋ ਅਸੀਂ ਸਿੱਖ ਲੋਕ ਐ ਸਾਨੂੰ ਇਜ਼ਾਜ਼ਤ ਲੈਣੀ ਪੈਂਦੀ ਐ ਪਹਿਲਾਂ ਇੰਡੀਆ ਤੋਂ ਫੇਰ ਪਾਕਿਸਤਾਨ ਤੋਂ ਕਿ ਜਿਹੜੇ ਸਾਡੇ ਗੁਰਦੁਆਰੇ ਹੈਗੇ ਆ ਰੋਜ਼ ਆਪਾਂ ਅਰਦਾਸ ਚ ਕਹਿੰਦੇ ਆ ਜਿਹੜੇ ਗੁਰਦੁਆਰਿਆਂ ਤੋਂ ਸਾਨੂੰ ਵਿਛੋੜਿਆ ਗਿਆ ਉਹਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਦਰਸ਼ਨ ਤਦਾਰ ਹੋਣ ਜੇ ਸਾਡੀ ਸੋਚ ਤੇ ਸਾਡੀ ਮੰਗ ਸਿੱਧੀ ਵਾਹਿਗੁਰੂ ਤੇ ਕੋਲ ਜਾਂਦੀ ਹੈ ਫਿਰ ਅਸੀਂ ਹਿੰਦੂਤਵਾ ਜਾਂ ਇਸਲਾਮਿਕ ਮੁਲਕਾਂ ਨੂੰ ਕਿਉਂ ਕਹੀਏ कि ਅਸੀਂ ਆਪਣੇ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਹੁਣ ਜੇ ਸਾਡੀ ਮੰਡੀ ਐਮਐਸਪੀ ਬੰਦ ਕੀਤੀ ਹੈ ਫਿਰ ਸਾਡੇ ਬਾਰਡਰ ਖੋਲੋ ਅਸੀਂ ਆਪਣੀਆਂ ਜਿੰਸਾਂ ਉੱਥੇ ਭੇਜੀਏ ਹੁਣ ਸਾਰੀਆਂ ਜ਼ਿੰਮੇਵਾਰੀਆਂ ਦੀਆਂ ਮਸ਼ੀਨਾਂ ਬੇਸ਼ੱਕ ਮੈਨਾ ਹੋਣ ਕੁਝ ਹੋਵੇ ਉਹ ਸਾਡੇ ਪੰਜਾਬ ਦੇ ਵਿੱਚ ਬਣਦੀਆਂ ਤੇ ਉਹੀ ਪਾਕਿਸਤਾਨ ਜਾ ਕੇ ਜਿਹੜੇ ਜ਼ਿਮੀਂਦਾਰ ਹੈ ਉਹਨਾਂ ਨੂੰ ਵਰਤਦੇ ਐ ਤੇ ਪੰਜਾਬ ਦੀ ਬਣੀ ਹੋਈ ਮਸ਼ੀਨ ਪਹਿਲਾਂ ਜਾਂਦੀ ਹੈ ਬੰਬੇ ਬੰਬੇ ਤੋਂ ਜਹਾਜ਼ ਦੇ ਉੱਤੇ ਉਹਨੂੰ ਰੱਖਿਆ ਜਾਂਦਾ ਫੇਰ ਜਾਂਦੀ ਹੈ ਕਰਾਚੀ ਕਰਾਚੀ ਤੋਂ ਰੇਲ ਦੀ ਗੱਡੀ ਦੇ ਰਾਹੀਂ ਲਾਹੌਰੋਂ ਦੀ ਹੈ ਤੇ ਫੇਰ ਜਿਹੜਾ ਸਾਡਾ ਲਹਿੰਦੇ ਵੱਲ ਦਾ ਪੰਜਾਬ ਹੈ ਉੱਥੇ ਮਸ਼ੀਨਾਂ ਪਹੁੰਚਦੀਆਂ ਸਾਨੂੰ ਕਿਉਂ ਇੰਨੀ ਤਕਲੀਫ ਇੰਡੀਆ ਦੇ ਰਿਹਾ ਹੈ ਔਰ ਇੰਡੀਆ ਨੂੰ ਇੰਨਾ ਪਤਾ ਨਹੀਂ ਹਿੰਦੂ ਦੀ ਕਦੇ ਵੀ ਕੋਈ ਸੂਬਾ ਨਹੀਂ ਰਿਹਾ ਇਤਿਹਾਸ ਦੇ ਵਿੱਚ ਜੇ ਇਹਦੇ ਇਤਿਹਾਸ ਦੀ ਗੱਲ ਕਰੀਏ ਸਿਰਫ ਯੋਧਿਆਂ ਦਾ ਇੱਕ ਜਿਹੜੀ ਮਿਥ ਬਣੀ ਹੋਈ ਹੈ ਉਹ ਇਹਨਾਂ ਦੀ ਹਕੂਮਤ ਸੀ ਪਰ ਹਿਸਟਰੀ ਦੇ ਵਿੱਚ ਨਹੀਂ ਆਉਂਦੀ ਹੁਣ ਜੇ ਇਹਨਾਂ ਨੂੰ ਰਾਜ ਕਰਨ ਦਾ ਤਰੀਕਾ ਹੀ ਨਹੀਂ ਹੈਗਾ ਹੁਣ ਮੈਨੂੰ ਦੱਸੋ ਕਿ ਜਿੰਨੇ ਵੀ ਫੌਜ ਦੇ ਵਿੱਚ ਸਾਡੇ ਸਪਾਈ ਹੈ ਅਫਸਰ ਹੈ ਉਹ ਸਾਰੇ ਪਿੰਡੂਆਂ ਤੋਂ ਤੇ ਜ਼ਿਮੀਂਦਾਰਾਂ ਦੇ ਕਿਸਾਨਾਂ ਦੇ ਘਰੋਂ ਆਉਂਦੇ ਐ ਹੁਣ ਇਹ ਸਾਡੇ ਕਿਸਾਨਾਂ ਨੂੰ ਜਿਵੇਂ ਖੱਟੜ ਨੇ ਹਰਿਆਣੇ ਦੇ ਵਿੱਚ ਪਾਣੀ ਉਹਨਾਂ ਦੇ ਉੱਤੇ ਕੈਨਨਸ ਚਲਾਤੇ लाਠੀ ਚਾਰਜ ਕਰਾਤੇ ਡੇਰ ਗਏ ਸਿੱਟਦੀ ਇਹ ਇੰਨੇ ਜ਼ਾਲਮ ਆਦਮੀ ਕਿਉਂ ਐ ਦੋਪਰਾਂ ਜਦੋਂ ਏਸ਼ੀਅਨ ਗੇਮਸ ਹੋਈਆਂ ਸੀਗੀਆਂ ਹਰਿਆਣੇ ਦੇ ਚੀਫ ਮਿਨਿਸਟਰ ਨੇ ਉਸ ਵੇਲੇ ਏਸ਼ੀਆ ਗੇਮਸ ਦੇ ਦੌਰਾਨ ਜਿਹੜੇ ਵੀ ਸਿੱਖ ਦਿੱਲੀ ਜਾ ਰਹੇ ਸੀ ਉਹਨਾਂ ਦੇ ਉੱਤੇ ਵੀ ਇਹੀ ਕੰਮ ਕੀਤਾ ਉਹਨਾਂ ਤੇ ਗੋਲੀ ਵੀ ਚਲਾਈ ਉਹਦੇ ਵਿੱਚ ਅਫਸਰ ਵੀ ਸੀਗੇ ਫੌਜ ਦੇ ਜਵਾਨ ਵੀ ਸੀਗੇ ਜਿਨ੍ਹਾਂ ਨੇ ਬਰਦੀਆਂ ਪਾਈਆਂ ਹੋਈਆਂ ਸੀਗੀਆਂ ਇਹ ਭਜਨ ਲਾਲ ਨੇ ਹਰਿਆਣਾ ਦੇ ਚੀਫ ਸੈਕਟਰੀ ਨੇ ਉਹ ਬਰਦੀਆਂ ਵੀ ਫੜਵਾਤੀਆਂ ਪੱਗਾਂ ਵੀ ਲਵਾਤੀਆਂ ਇੰਨਾ ਜ਼ਾਲਮਾਨਾ ਲੋਕ ਹੈਗੇ ਐ ਕਿ ਆਪਾਂ ਨੂੰ ਫੈਸਲਾ ਕਰਨਾ ਪਊਗਾ ਕਿ ਇਹਨਾਂ ਨਾਲ ਰਹਿ ਸਕਦੇ ਆ ਕਿ ਨਹੀਂ ਰਹਿ ਸਕਦੇ ਇਹ ਇੱਕ ਝੁਟ ਫੈਸਲਾ ਹੋਊਗਾ ਅੱਜ ਭਾਜਪੀ ਕਹਿ ਰਹੀ ਹੈ ਸਾਡੇ ਜ਼ਖਮਾਂ ਦੇ ਉੱਤੇ ਲੂਣ ਸਿੱਟ ਰਹੀ ਹੈ ਕਿ ਉੱਥੇ ਤਾਂ ਜ਼ਿਮੀਦਾਰਾਂ ਦੀ ਗੱਲ ਨਹੀਂ ਹੋ ਰਹੀ ਖਾਲਿਸਤਾਨ ਦੀ ਗੱਲ ਹੋ ਰਹੀ ਹੈ ਜੇ ਤੁਸੀਂ ਹਿੰਦੂ ਲੋਕ ਕਿੰਨਿਓ ਹਿੰਦੂ ਹਿੰਦੂਈ ਹਿੰਦੋਸਤਾਨ ਹਮਕੋ ਦੋ ਹਿੰਦੋਸਤਾਨ ਕਿਸ਼ੇਰਾ ਖੰਨਾ ਕਿਰਪਾਨ इनको ਭੇਜੋ ਪਾਕਿਸਤਾਨ ਤੇ ਫੇਰ ਜੇ ਖਾਲਸਤਾਨ ਦੀ ਆਵਾਜ਼ ਉੱਠਦੀ ਹੈ ਤੇ ਫੇਰ ਤੁਹਾਨੂੰ ਤਕਲੀਫ਼ ਕੀ ਹੈ ਕਿ ਤੁਸੀਂ ਸਾਨੂੰ ਰਗੜ ਕੇ ਰੱਖਣਾ ਚਾਹੁੰਦੇ ਹੋ ਸਾਨੂੰ ਖਸਾ ਰਬਣਾ ਕੇ ਰੱਖਣਾ ਚਾਹੁੰਦੇ ਹੋ ਇਸ ਤਰ੍ਹਾਂ ਨਹੀਂ ਹੋ ਸਕਦਾ ਹੈਗਾ ਤੇ ਜਿਹੜੇ ਮੇਰੇ ਸਿੱਖ ਵੀਰ ਬਾਦਲ ਦੇ ਲਈ ਜਾਂ ਹੋਰ ਦੇ ਲਈ ਕਹਿ ਰਹੇ ਹੈ ਕਿ ਸਾਡੀ ਡਿਮਾਂਡ ਖਾਲਸਤਾਨ ਦੀ ਨਹੀਂ ਹੈ ਤੁਸੀਂ ਵੀਰੋਂ ਕਿਸਾਨਾਂ ਦੀ ਗੱਲ ਕਰੋ ਇਹ ਅਸੀਂ ਕਰਾਂਗੇ ਜੇ ਕੋਈ ਖਾਲਸਤਾਨ ਦੀ ਗੱਲ ਕਰਨੀ ਹੈ ਤੁਹਾਡਾ ਮਤਲਬ ਹੈ ਤੁਸੀਂ ਕਿਸਾਨਾਂ ਦੀ ਗੱਲ ਕਰੋ ਤੇ ਇਹਨਾਂ ਦੇ ਕਾਨੂੰਨ ਜਿਹੜੇ ਬਣੇ ਹੋਏ ਐ ਉਹਨਾਂ ਨੂੰ ਰੱਦ ਕਰਾਓ ਜੇ ਮਹਾਰਾਜ ਸੱਚੇ ਪਾਤਸ਼ਾਹ ਜਨਾ ਦਾ ਪ੍ਰਕਾਸ਼ ਦਿਵਸ ਹੈ ਉਹ ਕਹਿੰਦੇ ਆ ਕਿ ਖੇਤੀ ਉੱਤਮ ਹੈ ਤਾਂ ਆਪਾਂ ਖੇਤੀ ਦੀ ਗੱਲ ਕਰੀਏ ਤੇ ਕਿਸਾਨ ਭਰਾਵਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਕਿ ਹੁਣ ਜੇ ਮੋਰਚਾ ਲੱਗ ਪਿਆ ਤੇ ਇਹ ਮੋਰਚੇ ਦਾ ਸਿੱਟਾ ਲੱਗਣਾ ਕੱਢਣਾ ਚਾਹੀਦਾ ਹੈ ਇਹ ਵਿਚ ਵਿਚਾਲੇ ਇਸ ਨੂੰ ਨਹੀਂ ਛੱਡਣਾ ਚਾਹੀਦਾ ਸਾਡੀ ਗੱਲ ਪ੍ਰਾਈਮ ਮਿਨਿਸਟਰ ਦੇ ਨਾਲ ਹੋਵੇ ਜੇਕਰ ਤੁਸੀਂ ਮੈਨੂੰ 1999 ਦੇ ਵਿੱਚ ਐਮਪੀ ਬਣਾਇਆ ਸੀ ਮੈਨੂੰ ਲੀਡਰ ਬਣਾਇਆ ਸੀ ਉਸ ਤੋਂ ਬਾਅਦ ਮੈਂ ਆਪਣੇ ਸਿੱਖ ਕੌਮ ਦੀ ਗੱਲ ਸਿਰਫ ਦੋ ਪ੍ਰਾਈਮ ਮਿਨਿਸਟਰਾਂ ਨਾਲ ਕੀਤੀ ਇੱਕ ਬੀਪੀ ਸਿੰਘ ਨਾਲ ਤੇ ਇੱਕ ਚੰਦਰਸ਼ੇਖਰ ਦੇ ਨਾਲ ਇਸ ਤੋਂ ਹੇਠਾਂ ਨਹੀਂ ਮੈਂ ਗਿਆ ਜੋ ਕਰਕੇ ਸਿੱਖਾਂ ਦਾ ਮਸਲਾ ਹੈ ਤੇ ਹਿੰਦੂਆਂ ਦਾ ਜਿਹੜਾ ਵੱਡਾ ਲੀਡਰ ਹੋਊਗਾ ਉਹਦੇ ਨਾਲ ਗੱਲ ਕਰਕੇ ਇਹ ਨਿਬੇੜਾ ਹੋ ਸਕਦਾ ਹੈ ਤੇ ਆਪਾਂ ਆਪਣਾ ਮਨ ਉੱਤੇ ਰੱਖੀਏ ਤੇ ਆਪਾਂ ਪ੍ਰਾਈਮ ਮਿਨਿਸਟਰ ਦੇ ਨਾਲ ਗੱਲ ਕਰੀਏ ਤੇ ਜਿੰਨਾ ਚਿਰ ਲੱਗਦਾ ਹੈ ਲੋਕ ਅੱਜ ਸਾਰੇ ਜ਼ਿਮੀਂਦਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਲੱਗੇ ਹੋਏ ਐ ਤੁਹਾਡੇ ਰਾਸ਼ਨ ਪਹੁੰਚ ਰਹੇ ਐ ਸਾਰਾ ਕੁਝ ਐ ਉਥੋਂ ਆਪਾਂ ਨੇ ਉੱਚਿਤ ਨਹੀਂ ਉਠਣਾ ਜਿੰਨਾ ਚਿਰ ਸਾਡੀਆਂ ਸਦਾਰਨ ਮੰਗਾਂ ਜਿਹਦੇ ਨਾਲ ਅਸੀਂ ਢਿੱਡ ਭਰਦੇ ਐ ਉਹ ਪੂਰੀਆਂ ਨਹੀਂ ਹੁੰਦੀਆਂ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਆਪਣੇ ਜੀਵਨ ਦੀ ਜਦੋਂ ਮੈਂ 12-13 ਸਾਲਾਂ ਦਾ ਸੀਗਾ ਉਦੋਂ ਮੈਂ ਸਿਮਲੇ ਪੜਿਆ ਕਰਦਾ ਸੀ বোর্ডিং ਸਕੂਲ ਤੇ ਸਰਦੀਆਂ ਚ ਮੈਂ ਇੱਥੇ ਫਤਿਹਗੜ੍ਹ ਸਾਹਿਬ ਆਪਣੇ ਘਰੇ ਆ ਜਾਂਦਾ ਸੀ ਕਿਲਾ ਸਰਾਹ ਨਾਮ ਸਿੰਘ ਤੇ ਮੈਨੂੰ ਨਿਹੰਗਾਂ ਦਾ ਬਹੁਤ ਸ਼ੌਕ ਸੀ ਦੇਖਣ ਦਾ ਤੇ ਉਹਨਾਂ ਦੇ ਘੋੜਿਆਂ ਨੂੰ ਤੇ ਫਤਿਹਗੜ੍ਹ ਸਾਹਿਬ ਦਾ ਜਦੋਂ ਮੇਲਾ ਸਮਾਪਤ ਹੁੰਦਾ ਹੈ 28 ਦਸੰਬਰ ਨੂੰ ਉਸ ਤੋਂ ਬਾਅਦ ਇਹ ਮੇਲਾ ਹੋਲੇ ਮੱਲੇ ਦੇ ਲਈ ਅਨੰਦਪੁਰ ਸਾਹਿਬ ਚਲਿਆ ਜਾਂਦਾ ਇੱਥੋਂ ਤੇ ਇੱਥੇ ਨਿਹੰਗ ਸਿੰਘ ਪੂਰੀਆਂ ਤਿਆਰੀਆਂ ਕਰਦੇ ਐ ਦੌੜਾਂ ਦੀਆਂ ਘੋੜੇ ਦੀਆਂ ਦੌੜਾਂ ਦੌੜਾਂ ਦੀਆਂ ਗੱਤਕੇ ਦੀਆਂ ਸਾਰਾ ਖੁਸ਼ ਇੱਕ ਦਿਨ ਮੈਂ ਗਿਆ ਤੇ ਮੈਂ ਦੇਖਿਆ ਕਿ ਇੱਕ ਨਿਹੰਗ ਸਿੰਘ ਹੈ ਉਹ ਕਹਿੰਦਾ ਆਪਣੀ ਘੋੜੀ ਨੂੰ ਤੈਨੂੰ ਗੁਰੂਆਂ ਦੇ ਦਰਸ਼ਨ ਮੈਂ ਲੈ ਕੇ ਜਾਣਾ ਅਨੰਦਪੁਰ ਸਾਹਿਬ ਤੇ ਜੇ ਤੂੰ ਗੁਰੂ ਸਾਹਿਬ ਦਾ ਹੁਕਮ ਮੰਨੇਗੀ ਦਮਲੇ ਕਿ ਜਾਊਂਗਾ ਤੇ ਉਹਨੇ ਕੀ ਕੀਤਾ ਉਹਦੇ ਕੋਲੇ ਕਸ਼ੇਰੇ ਪਏ ਹੋਏ ਸੀਗੇ ਘੋੜੀ ਨੂੰ ਕਹਿੰਦਾ ਤੈਨੂੰ ਕਸ਼ੇਰਾ ਪੋਣਾ ਜਦੋਂ ਪਿਛਲੀ ਇੱਕ ਲੱਤ ਤਾਂ ਕਸ਼ੇਰੇ ਚ ਚਲੀ ਜਾਂਦੀ ਸੀ ਜਦੋਂ ਦੂਜੀ ਲੱਤ ਦੇ ਵਿੱਚ ਘੋੜੀ ਦੇ ਜਾਂਦੀ ਸੀ ਕਸ਼ੇਰੇ ਦੀ ਫੇਰ ਉਹ ਛੜ ਮਾਰ ਦਿੰਦੀ ਸੀ ਕਸ਼ੇਰਾ ਪਟ ਜਾਂਦਾ ਸੀਗਾ ਪਰ ਨਿਆਂੰਗ ਸਿੰਘ ਨੇ ਐ ਨਹੀਂ ਕਿਹਾ ਕਿ ਮੈਂ ਹੁਣ ਇਹਦੇ ਇੱਕ ਸਹਰਾ ਨਹੀਂ ਪਾਉਣਾ ਉਹਨੇ ਦੂਜਾ ਵੀ ਪਾਇਆ ਉਹ ਵੀ ਛੜਮਾਰ ਕੇ ਉਸਨੇ ਪਾੜਤਾ ਤੀਜਾ ਪਾਇਆ ਤੀਜਾ ਘੋੜੀ ਟਿਕ ਗਈ ਉਹਨੇ ਕਸਹਰਾ ਪਾਰ ਲਿਆ ਔਰ ਫਿਰ ਨਿਆਂੰਗ ਸਿੰਘ ਕਹਿੰਦਾ ਹੁਣ ਮਹਾਰਾਜ ਦੇ ਦਰਸ਼ਨ ਤੇ ਨੋ ਮੈਂ ਅਨੰਦਪੁਰ ਸਾਹਿਬ ਕਰਾ ਕੇ ਆਉਣੇ ਹਾਂ ਸੋ ਵੀਰੋ ਸਕਤੀ ਹੋਗੀ ਕੁਛ ਹੋਊਗਾ ਪਰ ਆਪਣੇ ਆਪਣੀ ਗੱਲ ਨਹੀਂ ਛੱਡਣੀ ਤੇ ਉੱਥੇ ਆਪਣੀ ਗੱਲ ਬਣਾ ਕੇ ਆਉਣੀ ਹੈ ਤੇ ਦੂਜੇ ਸਾਡੇ ਪਾਕਿਸਤਾਨ ਦੇ ਨਾਲ ਬਾਰਡਰ ਖੋਲੋ ਈਰਾਨ ਦੇ ਨਾਲ ਅਸੀਂ ਕਰੀਏ ਵਪਾਰ ਇਰਾਕ ਦੇ ਨਾਲ ਸਰੀਆ ਦੇ ਨਾਲ ਲਿਬਨਾਨ ਦੇ ਨਾਲ ਸਾਰੇ ਜਿੰਨੇ ਵੀ ਅਰੇਬੀਆ ਗਲਫ ਦੇ ਮੁਲਕ ਹੈ ਉੱਤੇ ਸੈਂਟਰਲ ਰਿਪਬਲਿਕਸ ਨੇ ਰੂਸ ਹੈ ਚੀਨ ਹੈ ਜੇ ਸਾਡਾ ਵਪਾਰ ਕਾਨੂੰਨ ਦੇ ਮੁਤਾਬਕ ਖੁੱਲ ਜੇ ਫਿਰ ਅਸੀਂ ਹੋਰ ਕੀ ਲੈਣਾ ਹੈਗਾ ਸွေ ਸਾਰੀਆਂ ਚੀਜ਼ਾਂ ਭਾਵੋ ਬੀਬੀਓ ਇਹ ਹੈਗੀਆਂ ਕਿ ਆਪਾਂ ਆਪਣਾ ਮੋਰਚਾ ਐਤਕੀ ਦਿੱਲੀ ਤੋਂ ਜਿੱਥੇ ਆਉਣਾ ਇਹਨਾਂ ਸ਼ਬਦਾਂ ਦੇ ਨਾਲ ਸਾਰੇ ਗੁਰੂ ਸਾਹਿਬ ਸਾਡੇ ਨਾਲ ਹੈ ਕਿਉਂ ਕਰਕੇ ਜੇ ਗੁਰੂ ਸਾਹਿਬ ਨੇ ਕਹੇ ਤਾਂ ਖੇਤੀ ਉੱਤਮ ਹੈ ਫਿਰ ਸਾਡਾ ਦਿੱਲੀ ਜਾਣਾ ਬਿਲਕੁਲ ਜਾਇਜ਼ ਹੈ ਇਹਨਾਂ ਸ਼ਬਦਾਂ ਦੇ ਨਾਲ ਆਪ ਤੋਂ ਹੁਕਮ ਮੰਗਦੇ ਫਤਿਹ ਅਰਜ਼ ਕਰਦੇ